ਪ੍ਰਪਾਲ ਸਿੰਘ ਗਰਚਾ ਜੀ ਨੂੰ ਸੱਦਾ ਦੇ ਰਿਹਾ ਕਿ ਉਹ ਮੰਚ ਤੇ ਆਉਣ ਤੇ ਅੱਜ ਦੇ ਸਮਾਗਮ ਬਾਰੇ ਆਪਣੇ ਸ਼ਬਦ ਸਾਡੇ ਨਾਲ ਸਾਂਝੇ ਕਰਨ। ਕ੍ਰਿਪਾਲ ਸਿੰਘ ਗਰਚਾ ਜੀ, ਪਹਿਲੀ ਦਫਾ ਇਸ ਤਰ੍ਹਾਂ ਦੇ ਪ੍ਰੋਗਰਾਮ ਚ ਆ ਰਿਹਾ, ਮੈਨੂੰ ਬੜੀ ਖੁਸ਼ੀ ਹੋ ਰਹੀ ਆ ਕਿ ਮੇਰੀ ਮਾਂ ਬੋਲੀ ਦੇ ਪਿਆਰ ਦੇ ਵਿੱਚ ਉਹਦੇ ਧੀਆਂ ਪੁੱਤਾਂ ਇਕੱਠੇ ਹੋ ਕੇ ਅਸੀਂ ਵਿਚਾਰਾਂ ਕਰ ਰਹੇ ਹਾਂ ਕਿ ਇਸ ਤਰ੍ਹਾਂ ਆਪਣੀ ਮਾਂ ਬੋਲੀ ਨੂੰ ਬਚਾਇਆ ਜਾਵੇ। ਮੈਨੂੰ ਕੈਨੇਡਾ ਗਏ ਨੂੰ 53 ਸਾਲ ਪਹਿਲਾਂ ਹੋ ਜਾਣੇ ਤੇ ਪਰ ਜਦੋਂ ਇੱਥੇ ਮੁੜ ਕੇ ਆਉਣਾ ਤਾਂ ਮੈਨੂੰ ਲੱਗਦਾ ਕਿ ਮੈਂ ਆਪਣੀ ਮਾਂ ਦੀ ਗੋਦ ਵਿੱਚ ਆ ਗਿਆ। ਇਹ ਧਰਤੀ ਮੇਰੀ ਮਾਂ ਹੈ, ਮੇਰੀ ਮਾਂ ਮਰ ਜਾਣੀ ਆ, ਇੱਕ ਮੇਰੀ ਜਿਹੜੀ ਮਾਂ ਬੋਲੀ ਪੰਜਾਬੀ ਇਹਦਾ ਦੁਖਾਂਤ ਜਿਹੜਾ ਹੋਇਆ ਉਹ ਦੁਖਾਂਤ ਦੇ ਵਿੱਚ ਸਰਦਾਰ ਬਿੰਦਰ ਸਿੰਘ ਸੇਖੋਂ ਹੋਣੀ ਮੇਰੇ ਨਾਲ ਪਹਿਲਾਂ ਅਸੀਂ ਸਾਡੇ ਤੋਂ ਸਾਂਝ ਹੋਈ। ਉਹ ਤੋਂ ਬਾਅਦ ਆਹ ਤੁਸੀਂ ਜੋ ਕੁਛ ਇਕੱਠੇ ਹੋਏ ਆ, ਮੈਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਆ। ਤੁਸੀਂ ਨਿਸ਼ਕਾਮ ਬੜੇ ਤੁਸੀਂ ਯੋਧੇ ਤਰੀਕੇ ਨਾਲ ਇਸ ਨੂੰ ਲੜ ਰਹੇ ਆ। ਇਹ ਬੋਲੀ ਐਸੀ ਚੀਜ਼ ਵਾ ਜਿਹੜੀ ਕਿ ਤੁਹਾਨੂੰ ਆਪਣੇ ਵਿਰਸੇ ਨਾਲ ਜੋੜ ਕੇ ਰੱਖਦੀ ਆ। ਇਨਸਾਨ ਦੀ ਹੋਂਦ ਖਤਮ ਹੋ ਜਾਂਦੀ ਆ ਜਿਹੜੇ ਆਪਣੇ ਬੋਲੀਆਂ ਨੂੰ ਮਨ ਪਿੱਲੋ ਭੁੱਲ ਗਏ, ਉਹਨਾਂ ਦੀ ਇਹ ਦੁਨੀਆਂ ਦੇ ਨਕਸ਼ੇ ਤੋਂ ਖਤਮ ਹੋ ਗਏ। ਪੰਜਾਬੀ ਬਹਾਦਰ ਵਾ ਇਹ ਲੋਕ ਦੋਹਾਂ, ਇਹਨਾਂ ਨੇ ਕਦੇ ਇਹ ਗੱਲ ਨਹੀਂ ਹੋਣ ਦੇਣਗੇ ਵੀ ਅਸੀਂ ਆਪਣੀ ਮਾਂ ਬੋਲੀ ਨੂੰ ਕਦੇ ਭੁਲਾ ਦਈਏ। ਕਦੇ ਪਾਕਿਸਤਾਨ ਜਾਇਓ ਸਾਨੂੰ ਤੁਹਾਨੂੰ ਉੱਥੇ ਸਭਾ ਜੇਕਰ ਮਿਲੇ, ਮੈਂ 3 ਵਾਰੀ ਪਾਕਿਸਤਾਨ ਜਾ ਰਹੇ ਹਾਂ, ਉਹ ਜੱਫੀਆਂ ਪਾਉਂਦੇ ਯਾਰ ਤੁਸੀਂ ਸਾਡੇ ਭਰਾ ਆ, ਉਹ ਆ ਵਿੱਚੋਂ ਆ ਬਾਰਡਰ ਜਿਹਾ ਪਰੇ ਕਰਦੇ, ਆ ਤਾਰ ਪਰੇ ਕਰਦੇ ਹਾਂ। ਅਸੀਂ ਕਰਨਾ ਚਾਹੁੰਦੇ ਹਾਂ ਇਹ ਜਿਹੜੀ ਮਾਂ ਬੋਲੀ ਆ, ਉੱਧਰ 12 ਕਰੋੜ ਲੋਕ ਇਹ ਬੋਲੀ ਬੋਲਦੇ ਆ, ਬੜੀ ਮਿੱਠੀ ਬੋਲੀ ਬੋਲਦੇ ਆ। ਸਿਰਫ ਸਾਨੂੰ ਇੱਥੇ ਕਿਹਾ ਪਹੁੰਚਾਇਆ ਗਿਆ ਕਿ ਇਹ ਅਨਪੜ੍ਹਾਂ ਦੀ ਬੋਲੀ ਆ, ਇਹ ਬੇਬੁਨਿਆਦਾਂ ਦੀ ਆ, ਇਹ ਬੇਸ਼ਰਮੀ ਦਾ ਸਿਰਾ ਇੱਦਾਂ ਕਿਸੇ ਨੂੰ ਕਿਸੇ ਬੋਲੀ ਨੂੰ ਬਦਲਾਅ ਕਰਨਾ। ਅਸੀਂ ਕਿਸੇ ਬੋਲੀ ਦੇ ਖਿਲਾਫ਼ ਨਹੀਂ ਪਰ ਆਪਣੀ ਮਾਂ ਬੋਲੀ ਲਈ ਆਖਰੀ ਦਮ ਤੇ ਅਸੀਂ ਲੜਦੇ ਰਹਾਂਗੇ। ਇਹ ਗੱਲੇ ਇਹ ਪੰਜਾਬ ਚੋਂ ਤੁਹਾਨੂੰ ਦੱਸ ਰਿਹਾ, ਇੱਕ ਛੋਟੀ ਜਿਹੀ ਜਿੱਥੋਂ ਗੱਲ ਸ਼ੁਰੂ ਹੋਈ ਮੈਨੂੰ ਇਹ ਉਹ ਗੱਲ ਦੱਸਣੀ ਪਊ ਤੁਹਾਨੂੰ, ਪਲੀਜ਼ ਥੋੜ੍ਹੇ ਆਪਣੇ ਧਿਆਨ ਦਿਓ। 2015 ਵਿੱਚ ਮੇਰਾ ਕੋਈ ਕੋਰਟ ਕੇਸ ਸੀਗਾ, ਮੈਂ ਉੱਥੇ ਆਇਆ, ਸਾਡੇ ਕਮਰ ਉੱਥੇ ਪੰਗਿਆ ਦੇ ਵਿੱਚ ਮਿਊਨਸਪੈਲਿਟੀ ਦੇ ਜਿਹੜੇ ਟਰੱਕ ਸੀਗੇ ਉਹਨਾਂ ਚੋਂ ਪੰਜਾਬੀ ਦੇ ਹੈ ਅੱਖਰ ਵਟਾ ਕੇ ਹਿੰਦੀ ਰਹੀ ਜਾ ਰਹੇ ਸੀ। ਪੰਜਾਬ ਦੇ ਵਿੱਚ ਇਹ ਕਾਰਨ ਹੋਵੇ ਜੇ ਬੰਗਾਲ ਚ ਲੋਕ ਬੰਗਾਲੀ ਬੋਲਦੇ ਆ, ਮਰਾਠੀ ਬੋਲਦੇ ਆ, ਆਪਣੇ ਸੂਬੇ ਚ ਗੁਜਰਾਤੀ ਬੋਲਦੇ ਆ, ਤਾਂ ਸਾਡੀ ਮਾਂ ਬੋਲੀ ਨੂੰ ਕਿੱਦਾਂ ਮਰਵੇ ਕੋਈ ਕਰ ਸਕਦਾ? ਉਹ ਗੱਲ ਮੈਂ ਜਾ ਕੇ ਉਸ ਮਿਊਨਸਪੈਲਿਟੀ ਕੋਈ ਜਗ੍ਹਾ ਕਮਿਟੀ ਵਿੱਚ ਮੈਂ ਬਹਿ ਗਿਆ, ਤੁਹਾਡੇ ਟਰੱਕਾਂ ਦਾ ਕੌਣ ਇੰਚਾਰਜ ਆ? ਉਹ ਬੰਦਾ ਜੀ ਮੈਂ ਨੀ, ਮੈਂ ਤੁਸੀਂ ਬੋਲੀ ਆਪਣੀ ਪੰਜਾਬੀ ਠਾ ਰਹੇ ਆ, ਨਹੀਂ ਜੀ ਕਿੱਥੇ, ਮੈਂ ਉਹਦੇ ਟਰੱਕ ਸਾਹਮਣੇ ਖੜਾ। ਜਦੋਂ ਉਹ ਗੱਲ ਇੱਦਾਂ ਹੋਈ ਕਹਿੰਦੇ ਤੁਸੀਂ ਅੰਦਰ ਆ ਜਾਓ, ਪੰਜਾਬ ਦੇ ਨਾਲ ਗੱਲ ਕਰਦੇ, ਮੈਂ ਤੇਰੀ ਚਾਹ ਪੀਣ ਨਹੀਂ ਆਇਆ, ਮੈਂ ਤੁਹਾਨੂੰ 1 ਹਫ਼ਤਾ ਦਿੰਦਾ, ਮੈਨੂੰ ਹਾਲੇ ਕਾਨੂੰਨ ਦਾ ਵੀ ਕਾਨੂੰਨ ਪਾਸ ਹੋਏ ਆ ਕਿ ਮੈਂ ਤਾਂ ਇੱਕ ਤਰ੍ਹਾਂ ਦਾ ਸਹਾਰ ਹੁੰਦਾ ਸੀਗਾ, ਤੇ ਮੈਂ ਤੁਹਾਨੂੰ 1 ਹਫ਼ਤੇ ਦਿੰਦਾ, ਜੇ 1 ਹਫ਼ਤੇ ਤੂੰ ਨਾ ਇੱਕ ਅੱਖਰ ਵਟਾਏ ਤਾਂ ਮੈਂ ਤੇਰੀ ਸ਼ਿਕਾਇਤ ਕਰਦਾ। ਹੁਣ ਮੈਂ ਸ਼ਿਕਾਇਤ ਬਿਨਾਂ ਮੈਨੂੰ ਪਤਾ ਕਿੱਥੇ ਕਰ ਰਹੀ ਆ, ਪਰ ਮੈਂ ਉਹ ਗੱਲ ਕਹਿ ਕੇ ਚੱਲਿਆ ਤੂੰ ਮੇਰੀ 1 ਹਫ਼ਤੇ ਬਾਅਦ ਮੇਰੀ ਵਾਪਸੀ ਸੀਗੀ ਤੇ ਪਰ ਉਸ ਗੱਲ ਨੇ ਮੈਂ ਫਿਰ ਮੈਨੂੰ ਟਕਾ ਨਹੀਂ ਆਇਆ ਜਾਂਦੇ ਉਹ ਕੈਨੇਡਾ ਦੇ ਵਿੱਚ ਮੈਂ ਉਹਨਾਂ ਦੇ ਵਿੱਚ ਸਰਦਾਰ ਮਿੰਦਰ ਸਿੰਘ ਸੇਖੋਂ ਹੋਣੀ ਇਹ ਰੇਡੀਓ ਤੇ ਬੋਲ ਕੇ ਗਏ ਸੀ ਉੱਥੇ ਤੇ ਇਹਨਾਂ ਦਾ ਮੈਂ ਈਮੇਲ ਐਡਰੈਸ ਤੇ ਇਹਨਾਂ ਨੂੰ ਫੋਨ ਕੀਤਾ, ਇਹਨਾਂ ਫੋਨ ਛੱਡਿਆ ਤੇ ਈਮੇਲ ਸਾਡੇ ਸਾਂਝ ਪਾ ਲਏ। ਉਹ ਤੋਂ ਬਾਅਦ ਜਿਉਂ ਇਹ ਗੱਲ ਸ਼ੁਰੂ ਹੋਈ ਲੋਕਲ ਮੈਂ ਸੁਸਾਇਟੀ ਨੂੰ ਅਪਰੋਚ ਕੀਤਾ ਵੀ ਆਪਾਂ ਕੁਛ ਕਰੀਏ, ਪਰ ਬਹੁਤ ਸਾਰੇ ਜਿਹੜੀਆਂ ਸੁਸਾਇਟੀਆਂ ਉਹ ਕਹਿੰਦੇ ਨਹੀਂ ਕੁਛ ਨਹੀਂ ਹੁੰਦਾ ਜੀ ਸਾਡੇ ਵੀ ਬੋਲੀ ਨੂੰ, ਉਹ ਉਹਨਾਂ ਨੂੰ ਅਹਿਮੀਅਤ ਨਹੀਂ ਸੀ, ਪਰ ਜਦੋਂ ਇੱਕ ਸੁਸਾਇਟੀ ਨੇ ਸਾਡਾ ਸਾਥ ਦਿੱਤਾ ਤੁਸੀਂ ਸੱਚ ਆਣੇ। ਉਹ ਤੋਂ ਬਾਅਦ ਤਾਂ ਇਹੋ ਸੀ ਵੀ ਜਿੱਦਾਂ ਕਹਿੰਦੇ ਵੀ ਕਾਫਲਾ ਇਕੱਠਾ ਹੁੰਦਾ ਰਿਹਾ ਤੇ ਸੁਹਿਰਦ ਲੋਕ ਨਾਲ ਜੁੜੇ, ਮੈਨੂੰ ਸਾਡੀ ਖੁਸ਼ਕਿਸਮਤੀ ਇਹ ਸੀ ਕੋਈ ਬੰਦਾ ਨਹੀਂ ਚਾਹੁੰਦਾ ਮੈਂ ਪ੍ਰਧਾਨ ਬਣਨਾ, ਕੋਈ ਮੈਂ ਸੈਕਟਰੀ ਬਣਨਾ, ਪਰ ਜਿਹੜੇ ਨਿਸ਼ਕਾਮ ਸੇਵਾਦਾਰ ਸੀ ਉਹ ਇਕੱਠੇ ਹੋਏ ਤੇ ਅਸੀਂ ਸੁਨੇਹੇ ਭੇਜਣੇ ਸ਼ੁਰੂ ਕਰਤੇ ਆ, ਮੁਲਕਾਂ ਚਲੋ ਵੀ ਇੰਗਲੈਂਡ, ਪਾਕਿਸਤਾਨ, USA ਤੇ ਕੈਨੇਡਾ ਵਿੱਚੋਂ ਵੀ ਬਾਕੀ ਹੋਰ ਜਿਹੜੇ ਮੁਲਕਾਂ ਵਿੱਚੋਂ ਪੰਜਾਬੀ ਦੇ ਜਿਹੜੇ ਨਾਮਵਰ ਜਿਹੜੇ ਸੀਗੇ ਉਹ ਹੁਣ ਤੇ ਅਸੀਂ ਪੰਡਿਤ ਰਾਵ ਨੂੰ ਵੀ ਆਪਣੇ ਉਹਨੂੰ ਭੇਜਦਾ ਉਹਨੂੰ ਪੇਪਰ ਵਗੈਰਾ ਭੇਜ ਦਿੱਤਾ ਕਿ ਉਹ ਕੈਨੇਡਾ ਵੀਜ਼ਾ ਮਿਲ ਜਾਏ, ਪਰ ਪੰਡਿਤ ਰਾਵ ਹੁਣੀ ਮਹੀਨਾ ਪਹਿਲਾਂ ਸਾਨੂੰ ਜਵਾਬ ਦੇ ਦਿੱਤਾ ਮੇਰੇ ਤੋਂ ਨਹੀਂ ਆਉਣਾ ਬਈ, ਤੇ ਫਿਰ ਮੈਂ ਸਰਦਾਰ ਮਿੰਦਰ ਸਿੰਘ ਸੇਖੋਂ ਨੂੰ ਕਿਹਾ ਮੈਂ ਵੀ ਹੋਰ ਬੰਦਾ ਲੱਭੋ, ਉਹਨੇ ਸਾਡਾ ਹੀਰਾ ਲੱਭਿਆ ਗਿਆ ਭਗਤ ਸਿੰਘ ਜੀ ਨੂੰ ਕਰਕੇ ਜਿਹੜਾ ਵੀ ਅਸੀਂ ਜਜ਼ਬਾਤੀ ਰੂਪ ਵਿੱਚ ਸੀ ਪਹਿਲਾਂ, ਪਰ ਉਸ ਲਹਿਰ ਨੇ ਇੱਕ ਜਨਮ ਦਿੱਤਾ, ਅਸੀਂ ਲੀਗਲ ਤੌਰ ਤੇ ਕੀ ਕਰ ਸਕਦੇ ਕਿਉਂ ਅਸੀਂ
ਸ਼ੋਰ ਅਸੀਂ ਰੌਲਾ ਪਾਉਂਦੇ ਹਾਂ ਪੰਜਾਬੀ ਵਿੱਚ, ਕੋਈ ਸ਼ੱਕ ਨਹੀਂ, ਪਰ ਜਿਹੜਾ ਇਹਨਾਂ ਨੇ ਸਾਨੂੰ ਰਾਹ ਦੱਸਿਆ ਉਹਦੇ ਨਾਲ ਇਹ ਗੱਲ ਹੋਈ ਇੱਕ ਸਿਸਟੇਮੈਟਿਕ ਤਰੀਕੇ ਨਾਲ। ਮੈਨੂੰ ਕੁਛ ਅੰਗਰੇਜ਼ੀ ਰਵਜ ਬਾਤਾਂ ਨਹੀਂ ਪੈਂਦੇ ਕਿਉਂ ਮੈਂ ਮੇਰਾ ਮੁਹਾਵਰਾ 50 ਸਾਲ ਛੋੜ ਜਾਵੇ ਅੰਗਰੇਜ਼ੀ ਵੀ ਆਈ ਦੀ ਉਸ ਕਾਰਨ ਉਸ ਵਕਤ ਇੱਥੇ ਜ਼ਿਆਦਾ ਬੋਲਦੇ ਵੀ। ਅਤੇ ਉਹਦੇ ਨਾਲ ਫਿਰ ਸਾਡਾ ਜਿਹੜੀ ਕਾਨਫਰੰਸ ਹੋਈ ਸਾਡੇ ਜੂਨ 2018 ਵਿੱਚ, ਉਹਨੇ ਪੱਤਰ ਥੱਲੀ ਨੇ ਬਚਾਈ ਇਸ ਤਰ੍ਹਾਂ ਕਈ ਜਦੋਂ ਉਹਦੀ ਇੱਕ ਹਫ਼ਤਾ ਪਹਿਲਾਂ ਵੀਰ ਸਾਹਿਬ ਅਤੇ ਹੋਰ ਬਾਕੀ ਸੱਜਣ ਉੱਥੇ ਪਹੁੰਚੇ ਸੀਗੇ, ਪਰ ਫਿਰ ਸਾਡੇ ਦਰਵੇਜ ਦਾ ਸਾਡੇ ਘਰ ਉਹ ਲੋਕਾਂ ਦਾ ਆਉਣ ਜਾਣ ਇਹ ਵੀ ਇੱਕ ਹਫ਼ਤਾ ਸਾਰੇ ਬਿਜ਼ੀ ਰਹੇ, ਇਹਦੇ ਨਾਲ ਬੜਾ ਪ੍ਰਭਾਵ ਪਿਆ। ਸਾਡੇ ਰੇਡੀਓ ਪ੍ਰੋਗਰਾਮ 'ਤੇ ਇਹ ਗਏ, ਦਰਵੇਜ 'ਤੇ ਗਏ, ਸਾਨੂੰ 3 ਵਾਰੀ ਵਾਧੂ ਚਿਹਰਾ ਲਿਆਉਣ ਲਾਉਣੀਆਂ ਪਈਆਂ ਉਸ ਕਾਨਫਰੰਸ ਦੇ ਵਿੱਚ। ਬਸ ਉਹ ਕੋਈ ਤਰ੍ਹਾਂ ਵਿੱਚੋਂ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਜੀ, ਮੈਂ ਪ੍ਰਚਾਰ ਕਰ ਰਹੀ, ਪਰ ਜੇ ਸੇਵਾ ਦੀ ਭਾਵਨਾ ਹੈਗੀ ਨਾ, ਨਿਸ਼ਕਾਮ ਸੇਵਾ ਕਰਨੀ ਆ ਤਾਂ ਸਾਰੇ ਕੰਮ ਹੋ ਜਾਂਦੇ ਆ। ਇੱਥੇ ਵੀ ਜੇ ਗੌਰਮੈਂਟਾਂ ਨੇ ਕੋਈ ਨਿਸ਼ਕਾਮ ਸੇਵਾ ਕਰਨਾ ਤਾਂ ਉਹ ਹੈ ਨਹੀਂ ਮੈਨੂੰ, ਪਰ ਜੇ ਕੋਈ ਕਰ ਵਾਲੇ ਹੋਣ ਤਾਂ ਪੰਜਾਬ ਦੀ ਖੁਸ਼ੀ ਮੁੜ ਕੇ ਅਸੀਂ ਪ੍ਰਾਪਤ ਕਰ ਸਕਦੇ, ਪੰਜਾਬ ਤਰੱਕੀਆਂ ਦੇ ਤੌਰ ਤੇ ਜਾਊਗਾ। ਮੈਂ ਤੁਹਾਨੂੰ ਤਾਂ ਇਹੀ ਗੱਲ ਕਹਿੰਦਾ, ਇਹ ਛੋਟੀ ਜਿਹੀ ਮੇਰੀ ਕਹਾਣੀ ਸੀ। ਸਵਾਮੀ ਵਿਵੇਕਾਨੰਦ ਜੀ ਨਾਲ ਇੱਕ ਗੱਲ ਜਿਹੜੀ ਭਾਸ਼ਾ ਨਾਲ ਜੁੜੀ ਹੋਈ ਆ ਉਹ ਸਾਂਝੀ ਕਰਨੀ ਪੈਂਦੀ ਹੈ ਇੱਥੇ, ਕਿਉਂਕਿ ਗੱਲ ਕਈ ਵਾਰ ਆ ਗਈ ਕਿ ਅੰਗਰੇਜ਼ੀ ਦਾ ਸ਼ਬਦ, ਅੰਗਰੇਜ਼ੀ ਦਾ ਕਾਰਡ ਆਪਣੇ ਘਰ ਦੇ ਬਾਹਰ ਜਿਹੜੀ ਨਾਮ ਦੀ ਤਖ਼ਤੀ ਨੇਮ ਪਲੇਟ ਜਾਂ ਗੱਲਬਾਤ ਵਿੱਚ ਅੰਗਰੇਜ਼ੀ ਦੇ ਸ਼ਬਦ ਹੋਣ, ਗੱਚਾ ਸਾਹਿਬ ਨਹੀਂ ਬੋਲਿਆ ਜੀ, ਆਮ ਬੋਲਿਆ ਸਕੂਲ ਤੇ ਯੂਨੀਵਰਸਿਟੀ, ਅਜੇ ਤੱਕ ਪੰਜਾਬੀ ਦੇ ਵਿੱਚ ਇਹਨਾਂ ਦਾ ਕੋਈ ਬਦਲ ਲੱਭਣਾ ਬਹੁਤ ਔਖਾ। ਅਸੀਂ ਸਾਰੀ ਦੁਨੀਆਂ ਦੀਆਂ ਭਾਸ਼ਾਵਾਂ ਨੂੰ ਜਜ਼ਬ ਕੀਤਾ ਹੋਇਆ, ਬਹੁਤ ਸਾਰੇ ਸ਼ਬਦ ਆਪਣੀ ਭਾਸ਼ਾ ਦੇ ਵਿੱਚ ਸਮਿਲਿਤ ਕੀਤੇ ਹੋਏ ਨੇ, ਤੇ ਸਾਡਾ ਇੱਕ ਨਾਰਾ ਭਾਈਚਾਰੇ ਦਾ ਸਿੱਖ ਲੈ ਭਾਵੇਂ ਬੋਲੀ ਹਜ਼ਾਰ, ਸਿੱਖ ਲੈ ਭਾਵੇਂ ਬੋਲੀ ਹਜ਼ਾਰ, ਮਾਂ ਬੋਲੀ ਨਾ ਮਨੋ ਵਿਸਾਰ, ਇਹ ਨਾਰਾ ਹੈ ਸਾਡਾ। ਸਵਾਮੀ ਵਿਵੇਕਾਨੰਦ ਜੀ ਦੀ ਉਹ ਗੱਲ ਬੜੀ ਅਹਿਮ ਬਣਦੀ ਹੈ ਜੀ। ਸਵਾਮੀ ਵਿਵੇਕਾਨੰਦ ਜੀ ਨੂੰ ਇੱਕ ਅੰਗਰੇਜ਼ ਮਿਲਿਆ ਜੀ, ਉਹ ਜਾਣਦਾ ਸੀ ਪਛਾਣਦਾ ਸੀ ਸਵਾਮੀ ਜੀ ਨੂੰ, ਤੇ ਜਿਵੇਂ ਮਿਲਿਆ ਉਹ ਕਹਿੰਦਾ ਜੀ ਗੁੱਡ ਮਾਰਨਿੰਗ, ਸਿੱਧੀ ਗੱਲ ਹੈ ਜੀ ਅੰਗਰੇਜ਼ ਹੈ ਗੁੱਡ ਮਾਰਨਿੰਗ ਬੋਲੇਗਾ। ਸਵਾਮੀ ਜੀ ਕਹਿੰਦੇ ਨਮਸਕਾਰ, ਉਹਨੇ ਨਮਸਕਾਰ ਬੋਲਦੇ, ਅੰਗਰੇਜ਼ ਨੂੰ ਲੱਗਿਆ ਵੀ ਸ਼ਾਇਦ ਮੈਂ ਕੋਈ ਗਲਤ ਕਹਿ ਦਿੱਤਾ, ਇਹ ਹਿੰਦੀ ਬੋਲਣ ਵਾਲੇ ਨੇ, ਮੈਨੂੰ ਹਿੰਦੀ ਵਿੱਚ ਹੀ ਗੱਲ ਕਰਨੀ ਚਾਹੀਦੀ ਸੀ। ਅੰਗਰੇਜ਼ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ, ਉਹ ਕਹਿੰਦਾ ਜੀ ਆਪ ਕੈਸੇ ਹੋ, ਆਪ ਕੈਸੇ ਹੋ, ਹਿੰਦੀ ਚ ਆਪ ਕੈਸੇ ਹੋ। ਸਵਾਮੀ ਜੀ ਦਾ ਜਵਾਬ ਸੁਣ ਯੋਗ ਹੈ, ਆਈ ਐਮ ਫਾਈਨ। ਮੇਰੀ ਗੱਲ ਪਹੁੰਚ ਚੁੱਕੀ ਹੈ ਜੀ ਜਿੱਥੇ ਪਹੁੰਚਣੀ ਹੈ, ਪਰ ਮੈਂ ਥੋੜ੍ਹੀ ਜਿਹੀ ਇਸਨੂੰ ਤਫਸੀਲ ਚ ਦੱਸਦੇ ਹਾਂ। ਅੰਗਰੇਜ਼ ਦਾ ਵੀ ਇਹੀ ਸਵਾਲ ਹੈ ਜਿਹੜਾ ਅੱਜ ਇੱਥੇ ਬੈਠੇ ਕੁਝ ਸਰੋਤਿਆਂ ਦਾ ਸਵਾਲ ਹੈ, ਉਹ ਕਹਿੰਦਾ ਇਹ ਕਿਉਂ ਮੈਂ ਅੰਗਰੇਜ਼ੀ ਚ ਬੋਲਿਆ ਤੁਸੀਂ ਹਿੰਦੀ ਚ ਸ਼ੁਰੂ ਹੋ ਗਏ, ਮੈਂ ਹਿੰਦੀ ਚ ਕੀਤੀ ਤੁਸੀਂ ਅੰਗਰੇਜ਼ੀ ਸ਼ੁਰੂ ਹੋ ਗਏ। ਉਹ ਕਹਿੰਦੇ ਮਿੱਤਰਾ ਜਦੋਂ ਤੂੰ ਆਪਣੀ ਮਾਂ ਬੋਲੀ ਦਾ ਸਨਮਾਨ ਕਰ ਰਿਹਾ ਸੀ, ਮੈਂ ਆਪਣੀ ਮਾਂ ਬੋਲੀ ਦਾ ਸਨਮਾਨ ਕਰ ਰਿਹਾ ਸੀ, ਜਦੋਂ ਤੂੰ ਮੇਰੀ ਮਾਂ ਬੋਲੀ ਨੂੰ ਮਾਣ ਕਰ ਮੈਂ ਤੇਰੀ ਮਾਂ ਬੋਲੀ ਨੂੰ ਮਨ ਤੇ ਸਾਡੇ ਵਿੱਚ ਤਸ਼ਰੀਫ ਪਰਮਾਨੰਦ ਲੱਖਾ ਸਦਾਣਾ ਜੀ ਹਾਰਦਿਕ ਜੀ ਐਨ ਨੂੰ ਬੇਨਤੀ ਕਰਦਾ ਮੰਚ ਤੇ ਆਉਣ ਤੇ ਆਪਣੇ ਸ਼ਬਦਾਂ ਨਾਲ ਸਾਨੂੰ ਸਾਂਝ ਪਾਉਣ। ਪੰਜਾਬੀ ਮਾਂ ਬੋਲੀ ਦੇ ਪੁੱਤਰੋ ਧੀਓ ਫਤਿਹ ਪ੍ਰਵਾਨ ਕਰਨਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਸ ਗੱਲਾਂ ਲੰਮੀਆਂ ਚੌੜੀਆਂ ਦਾ ਵਾਹੀਆਂ ਨਹੀਂ ਕਰਨੀਆਂ, ਠੀਕ ਆ ਆਪਾਂ ਆਹ ਤਰੀਕਾ ਵਧੀਆ ਕਿ ਆਪਾਂ ਜੇ ਸਮਾਗਮ ਕਰਾ ਲੈਂਦੇ ਹਾਂ। 21 ਫਰਵਰੀ ਲੰਘ ਕੇ ਗਈ ਆ ਤੇ 21 ਫਰਵਰੀ ਨੂੰ ਬਹੁਤ ਥਾਈ ਸਮਾਗਮ ਹੋਏ ਪੰਜਾਬੀ ਮਾਂ ਬੋਲੀ ਨੂੰ ਲੈ ਕੇ, ਪਰ ਗੱਲ ਖਾਲੀ ਸਮਾਗਮਾਂ ਤੇ ਹੁਣ ਖੜਨੀ ਨਹੀਂ, ਆਪਾਂ ਨੂੰ ਅੱਗੇ ਵਧਣਾ ਪੈਣਾ, ਇਹਦੇ ਲਈ ਵੀ ਕੋਈ ਨਾ ਕੋਈ ਆਪਾਂ ਨੂੰ ਠੋਸ ਜਿਹੜੇ ਕਦਮਾਂ ਚੱਕਣੇ ਪੈਣੇ ਆ, ਕਿਉਂਕਿ ਹਮਲੇ ਨੇ ਜਿਹੜੇ ਤੇਜ਼ ਹੋ ਚੁੱਕੇ ਆ। ਸਕੂਲਾਂ ਦੇ ਵਿੱਚ ਤਾਂ ਆਪਾਂ ਦੇਖ ਹੀ ਰਹੇ ਹਾਂ ਕਿ ਸ਼ਰੇਆਮ ਧੱਕਾ ਜਿਹੜਾ ਪੰਜਾਬੀ ਬੋਲੀ ਨਾਲ ਹੋ ਰਿਹਾ,
ਪੰਜਾਬੀ ਬੋਲਣ ਤੇ ਪਾਬੰਦੀਆਂ ਨੇ ਜੁਰਮਾਨੇ ਨੇ ਸਹੀ ਤਰੀਕੇ ਨਾਲ ਪੜ੍ਹਾਈ ਵੀ ਨਹੀਂ ਜਾਂਦੀ ਤਾਂ ਮੈਨੂੰ ਲੱਗਦਾ ਕਿ ਆਪਾਂ ਉੱਥੇ ਮਾਰ ਖਾ ਰਹੇ ਹਾਂ ਕੱਲੇ ਸਮਾਗਮਾਂ ਤੱਕ ਨਾ ਆਪਾਂ ਸੀਮਤ ਰਹਿ ਜਾਈਏ ਆਪਾਂ ਨੂੰ ਉੱਥੇ ਵੀ ਕੋਈ ਨਾ ਕੋਈ ਕਦਮ ਚੱਕਣਾ ਪੈਣਾ ਮੈਂ ਤਾਂ ਚਾਹੁੰਦਾ ਕਿ ਅੱਜ ਆਪਾਂ ਇੱਥੇ ਇਕੱਠੇ ਹੋਏ ਹਾਂ ਤੇ ਇੱਥੇ ਇੱਕ ਐਲਾਨ ਕਰਕੇ ਤੁਰੀਏ ਕਿ ਜਿਹੜਾ ਸਕੂਲ ਇਸ ਤਰ੍ਹਾਂ ਦੀ ਹਰਕਤ ਕਰਦਾ ਹੈ ਉਹ ਸਕੂਲ ਘੇਰਨੇ ਪੈਣਗੇ ਹੱਲ ਇਹੀ ਹੈ ਕਿਉਂਕਿ ਕੱਲੇ ਆਪਾਂ ਅਖਬਾਰ ਹੀ ਬਿਆਨ ਦੇ ਛੱਡਦੇ ਹਾਂ ਸਮਾਗਮ ਕਰਾ ਛੱਡਦੇ ਹਾਂ ਗੱਲ ਬਣਨੀ ਨਹੀਂ ਤਾਂ ਮੈਨੂੰ ਲੱਗਦਾ ਕਿ ਆਪਾਂ ਨੂੰ ਹੁਣੇ ਡੰਡਾ ਚੱਕਣਾ ਪੈਣਾ ਡਾਂਗ ਚੱਕਣੀ ਪੈਣੀ ਆ ਜੇ ਆਪਾਂ ਚਾਹੁੰਦੇ ਹਾਂ ਕਿ ਪੰਜਾਬੀ ਬੱਚੀ ਦੇਵੇ ਤਾਂ ਹੁਣ ਤੁਸੀਂ ਦੇਖਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਜਿਹੜੀਆਂ ਹਿਸਟਰੀ ਦੀਆਂ ਕਿਤਾਬਾਂ ਨੇ ਇਤਿਹਾਸ ਦੀਆਂ ਕਿਤਾਬਾਂ ਨੇ ਉਹਦੇ ਵਿੱਚ ਕਿਵੇਂ ਇਤਿਹਾਸ ਨੂੰ ਤੋੜ ਮਰੋੜ ਦਿੱਤਾ ਗਿਆ ਪਿਛਲੇ 19-20 ਦਿਨਾਂ ਤੋਂ ਉੱਥੇ ਸਿੱਖਿਆ ਬੋਰਡ ਦੇ ਦਫ਼ਤਰ ਦੇ ਅੱਗੇ ਭਾਈ ਬਲਦੇਵ ਸਿੰਘ ਸਰਸੇ ਵਰਗੇ ਬੈਠੇ ਆ ਕਿਵੇਂ ਬਹੁਤ ਜ਼ਿਆਦਾ ਮੈਨੂੰ ਲੱਗਦਾ ਕਿ ਘਾਣ ਕਰੀ ਜਾ ਰਹੇ ਨੇ ਇਤਿਹਾਸ ਦਾ ਹੋਵੇ ਬੋਲੀ ਦਾ ਹੋਵੇ ਪਰ ਆਪਾਂ ਉਵੇਂ ਹਲੇ ਚੱਲੇ ਨਹੀਂ ਚੱਲਣਾ ਪੈਣਾ ਸੋ ਅੱਜ ਮੈਂ ਤਾਂ ਇਹੀ ਬੇਨਤੀ ਕਰੂੰਗਾ ਸਾਡੇ ਕੋਲ ਸਮਾਂ ਬਾਹਲਾ ਬਚਿਆ ਨਹੀਂ ਸਮਾਂ ਬਹੁਤ ਥੋੜਾ ਦੇਖੋ ਇਸ ਵਾਰ ਜਿੰਨੀਆਂ ਵੀ ਸਿਆਸੀ ਧਿਰਾਂ ਚੋਣਾਂ ਲੜੀਆਂ ਨੇ ਪੰਜਾਬੀ ਬੋਲੀ ਮੁੱਦਾ ਹੀ ਨਹੀਂ ਰਹੀ ਏਜੰਡੇ ਤੇ ਨਹੀਂ ਹੈਗਾ ਸੀ ਇਹ ਮੁੱਦਾ ਜਾਂ ਕਿਸੇ ਵੀ ਪਾਰਟੀ ਦੇ ਚੋਣ ਮੈਨੀਫੈਸਟੋ ਦਾ ਹਿੱਸਾ ਨਹੀਂ ਸੀ ਕਿ ਪੰਜਾਬੀ ਬੋਲੀ ਨੂੰ ਕਿਵੇਂ ਬਚਾਉਣਾ ਤਾਂ ਇਹ ਤਾਂ ਹੁਣ ਲੋਕਾਂ ਨੂੰ ਪਹਿਲ ਕਰਨੀ ਪੈਣੀ ਆ ਆਪਾਂ ਨੇ ਪਹਿਲ ਕਰਨੀ ਪੈਣੀ ਹੈ ਅੱਜ ਤੁਸੀਂ ਵੱਖ ਵੱਖ ਖੇਤਰਾਂ ਚੋਂ ਆਏ ਹੋ ਕੋਈ ਬੁੱਧੀਜੀਵੀ ਹੈ ਕੋਈ ਲਿਖਾਰੀ ਹੈ ਤਾਂ ਇਸ ਕਰਕੇ ਮੈਂ ਚਾਹੁੰਦਾ ਕਿ ਸਾਰਿਆਂ ਨੂੰ ਇਕੱਠੇ ਹੋ ਕੇ ਹੁਣ ਆਪਾਂ ਇਹ ਹਮਲਾ ਮਾਰੀਏ ਸ਼ੁਰੂਆਤ ਕਰੀਏ ਸਕੂਲ ਖੁੱਲਦੇ ਆ ਸਕੂਲ ਖੁੱਲ ਹੀ ਚੁੱਕੇ ਆ ਇੱਕ ਜ਼ਿਲ੍ਹਾ ਮਿਸ ਲਓ ਜਿਹੜਾ ਮਰਜ਼ੀ ਲੈ ਲਓ ਜ਼ਿਲ੍ਹਾ ਕਿ ਇੱਕ ਟੀਮ ਬਣੇ ਉਹ ਟੀਮ ਜਾ ਕੇ ਸਕੂਲ ਚੈੱਕ ਕਰੂਗੀ ਕਿ ਕੀ ਸਹੀ ਤਰੀਕੇ ਨਾਲ ਪੰਜਾਬੀ ਪੜ੍ਹਾਉਂਦੇ ਆ ਬੋਲਣ ਤੇ ਕੋਈ ਪਾਬੰਦੀ ਤਾਂ ਨਹੀਂ ਹੈਗੀ ਆਹ ਸ਼ੁਰੂਆਤ ਆਪਾਂ ਨੂੰ ਉੱਥੇ ਕਰਨੀ ਪੈਣੀ ਆ ਆਪਾਂ ਇਕੱਲੇ ਬੋਰਡਾਂ ਤੇ ਠੀਕ ਆ ਰੰਗ ਰੁੰਗ ਮਾਰ ਲਿਆ ਪੋਚੇ ਮਾਰ ਲਏ ਠੀਕ ਹੋ ਗਏ ਮਾੜੇ ਮੋਟੇ ਬੋਰਡ ਉਹਦੇ ਨਾਲ ਗੱਲ ਨਹੀਂ ਬਣਨੀ ਕਿਉਂਕਿ ਅਸਲ ਤਾਂ ਆਪਣੀ ਜੜ੍ਹ ਤਾਂ ਸਕੂਲਾਂ ਚ ਵੱਢੀ ਜਾਂਦੇ ਆ ਇਹਦੇ ਤੋਂ ਇਲਾਵਾ ਆਪਾਂ ਮੈਂ ਚਾਹੁੰਦਾ ਕਿ ਘਰਾਂ ਦੇ ਵਿੱਚ ਇਹ ਪ੍ਰਚਾਰ ਆਪਾਂ ਕਿਵੇਂ ਲੈ ਕੇ ਜਾਈਏ ਕਿ ਘਰਾਂ ਦੇ ਵਿੱਚ ਆਪਾਂ ਮਾਂ ਬਾਪ ਨੂੰ ਜਾਗਰੂਕ ਕਰੀਏ ਜਾ ਕੇ ਵੀ ਤੁਸੀਂ ਆਪ ਦੇ ਤੌਰ ਦੇ ਉੱਤੇ ਖੁਦ ਜਾ ਕੇ ਸਕੂਲਾਂ ਚ ਪਤਾ ਕਰੋ ਹੁਣ ਮੈਂ ਚੋਣਾਂ ਚ ਹਿੱਸਾ ਲਿਆ ਤਾਂ ਮੈਂ ਪ੍ਰਚਾਰ ਕਰਨ ਗਿਆ ਪਿੰਡਾਂ ਚ ਤਾਂ ਮੈਂ ਉੱਥੇ ਜਦੋਂ ਇਹ ਮਸਲਾ ਉਠਾਉਂਦਾ ਸੀ ਵੀ ਪੰਜਾਬੀ ਬੋਲੀ ਦਾ ਇੱਕ ਬਹੁਤ ਵੱਡਾ ਮੁੱਦਾ ਹੈਗਾ ਲੋਕਾਂ ਨੂੰ ਪਤਾ ਹੀ ਨਹੀਂ ਕਿ ਅੱਛਾ ਪੰਜਾਬੀ ਨੂੰ ਕੋਈ ਖਤਰਾ ਹੈਗਾ ਜਾਂ ਪੰਜਾਬ ਦੇ ਪਾਣੀ ਮੁੱਕ ਚੱਲੇ ਇਹ ਵੀ ਕੋਈ ਮੁੱਦਾ ਹੈਗਾ ਜਾਂ ਪੰਜਾਬ ਦੇ ਇਤਿਹਾਸ ਨੂੰ ਤੋੜਿਆ ਮੋੜਿਆ ਜਾ ਰਿਹਾ ਸਾਡੀਆਂ ਇਤਿਹਾਸ ਦੀਆਂ ਨਿਸ਼ਾਨੀਆਂ ਢਹਿ ਢੇਰੀ ਕੀਤੀਆਂ ਜਾ ਰਹੀਆਂ ਨੇ ਜਲ੍ਹਿਆਂਵਾਲੇ ਬਾਗ ਦੀ ਉਦਾਹਰਨਾਂ ਆਪਣੇ ਸਾਹਮਣੇ ਆ ਤਾਂ ਲੋਕਾਂ ਨੂੰ ਪਤਾ ਹੀ ਨਹੀਂ 70 ਪਿੰਡ ਪੈਂਦੇ ਸੀ ਮੌੜ ਹਲਕੇ ਚ 4 ਮਹੀਨੇ ਮੈਂ ਪ੍ਰਚਾਰ ਕੀਤਾ ਤਾਂ 4 ਮਹੀਨਿਆਂ ਚ ਮੈਂ ਇਹੀ ਗੱਲਾਂ ਰੱਖੀਆਂ ਪਰ ਲੋਕਾਂ ਨੂੰ ਸਮਝ ਹੀ ਹੈ ਨਹੀਂ ਵੀ ਪਾਣੀ ਵੀ ਕੋਈ ਮੁੱਦਾ ਬੋਲੀ ਵੀ ਕੋਈ ਮੁੱਦਾ ਇਤਿਹਾਸ ਵੀ ਕੋਈ ਮੁੱਦਾ ਤਾਂ ਸਭ ਤੋਂ ਵੱਡੀ ਗੱਲ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਧਾਰਮਿਕ ਪ੍ਰਚਾਰਕ ਨੇ ਜਾਂ ਤਾਂ ਡਰਦੇ ਆ ਏਜੰਸੀਆਂ ਤੋਂ ਡਰਦੇ ਆ ਸਰਕਾਰਾਂ ਤੋਂ ਡਰਦੇ ਆ ਜਾਂ ਰੋਟੀ ਬੰਦ ਹੁੰਦੀ ਆ ਇਹ ਸਿਰਫ ਤੋਰੀ ਫੁਲਕਾ ਚਲਾਉਂਦੇ ਆ ਜਿੰਨੇ ਆਪਣੇ ਆਪ ਨੂੰ ਪੰਜਾਬੀ ਮਾਂ ਬੋਲੀ ਦੇ ਰਹਿਬਰ ਕਹਾਉਂਦੇ ਆ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਤੋਂ ਬਹੁਤ ਜ਼ਿਆਦਾ ਕੁਝ ਪ੍ਰਾਪਤ ਕੀਤਾ ਅਹੁਦੇ ਪਦਵੀਆਂ ਪੈਸਾ ਸ਼ੌਹਰਤ ਬੜਾ ਨਾਂ ਖੱਟਿਆ ਉਹ ਵੀ ਸਾਰੇ ਚੁੱਪ ਹੈ ਕਈ ਵਾਰੀ ਮੇਰੀ ਤਕਰਾਰ ਪਾਤਰ ਸਾਹਿਬ ਨਾਲ ਵੀ ਹੋਈ ਗੱਲਾਂ ਬਾਤਾਂ ਵੀ ਹੋਈਆਂ ਮੈਂ ਇਕੱਲਾ ਸਮਾਗਮ ਕਰਾ ਲੈਣ ਬੰਦ ਕਮਰਿਆਂ ਦੀ ਗੱਲ ਨਹੀਂ ਬਣਨੀ ਜਿੰਨਾ ਚਿਰ ਮੋਰਚਾ ਨਹੀਂ ਖੋਲਦੇ ਸੋ ਇਸ ਕਰਕੇ ਅੱਜ ਫਰਜ ਬਣਦਾ ਜਿਹਦਾ ਆਪਾਂ ਸੱਚੋ ਹੀ ਦਰਦੀ ਹੈਗੇ ਹਾਂ ਕਿ ਵਾਕਈ ਦਰਦ ਹੈਗਾ ਅੰਦਰ ਯਾਰ ਵੀ ਹਾਂ ਪੰਜਾਬੀ ਮਰ ਚੱਲੀ ਤੇ ਬਚਾਉਣੀ ਆ ਫਿਰ ਤਾਂ ਲੜਨਾ ਪੈਣਾ ਫਿਰ ਸਾਰਾ ਕੁਛ ਕਰਨਾ ਪਊਗਾ ਜੇ ਠੀਕ ਹੈ ਇੱਕ ਦਿਨ ਦਾ ਸਮਾਗਮ ਦੋ ਦਿਨ ਦੇ ਸਮਾਗਮ ਆਪਾਂ ਮਨਾ ਲਈਏ ਅਖਬਾਰਾਂ ਦੇ ਵਿੱਚ ਖਬਰਾਂ ਲੱਗ ਗਈਆਂ ਫੋਟੋਆਂ ਲੱਗ ਗਈਆਂ ਮਾਣ ਸਨਮਾਨ ਹੋ ਗਏ ਫਿਰ ਠੀਕ ਹੈ ਫਿਰ ਚੱਲੀ ਜਾਣਾ ਤੇ ਫਿਰ ਐਂ ਕਰ ਲਾ ਗਈ ਗੁਰਦੇਵ ਸਿੰਘ ਕੈਨੇਡਾ ਜੀ ਨੂੰ ਕਿ ਉਹ ਮੰਚ ਤੇ ਆਉਣ ਤੇ ਆਪਣੇ ਸ਼ਬਦਾਂ ਦੀ ਸਾਡੇ ਨਾਲ ਸਾਂਝ ਪਾਉਣ ਗੁਰਦੇਵ ਸਿੰਘ ਪੰਜਾਬੀ ਭਾਸ਼ਾ ਪਸਾਰ
भाईचारे दे समूह परिवार पंजाबी मां बोली दी दुनिया भर दे विच पंजाबी मां बोली दिवस मनाया जा रहा है, पर अज दा पंजाबी मां बोली दिवस किसे विलक्षण तरीके नाल मनाया जा रहा है। तकरीबन 2018 दे विच डॉक्टर हरशिंदर कौर पटियाले वाले एक कन्वेंशन करवाए सी असी सरी दे विच, उत्थे आए ते उन्होंने भाषण दे विच क्योंकि मेरे नाल रेडियो ते टीवी दी इंटरव्यू दे विच उन्होंने जिक्र कीता कि आउण वाला जिहड़ा समां है उहदे विच कुछ दहाकियां दे विच पंजाबी मां बोली खत्म हो जाएगी। असीं बहि के विचारां कीतियां, मीडिया दे बहुत लोग खड़े है नाल बैठे है, मीडिया का काम है कि इन्होंने बाइट लेनी, अखबारों च लिखना ते तुर जाना, पर साडे मन दे विच इस तरह नहीं सी कि असी अपनी पंजाबी मां बोली नूं कदे भी मरता नहीं वेख सकते। एकदम हलूणा इहो जिहा मिलिया, सरदार कृपाल सिंह धरचा बैठे ने, साडी एक सीनियर्स दी टीम है, असी सारिआं ने बहि के सरदार तरलोचन सिंह ढल्लों नहीं बैठे ने बहि के विचार वटांदरा कीता कि जे पंजाबी मां बोली खत्म हो गई साडीआं आउण वालीआं पीढ़ियां गुरु ग्रंथ साहिब किवें पढ़नगीआं, कौन पढ़ेगा गुरु ग्रंथ साहिब नूं, की गुरु ग्रंथ साहिब स्पैनिश दे विच हिंदी दे विच या अंग्रेजी च समझ आ जाएगा? नहीं, बस एक अंदरों तर फुटी कि नहीं कम पंजाबी मां बोली लई करना है। सरदार महेंद्र सिंह सेखों जदों इन्हां नूं देखिया कि पंजाब दे लई लड़ रहे ने, पंजाबी लई लड़ रहे ने, लखा सिधाणा वर्गा नौजवान अपनी मां बोली लई लड़दा रहा, फिर असीं एक कॉन्फ्रेंस कराउण दा उपराला कीता जिहड़ी जून 2019 दे विच सरी दे विच 18 दे विच बड़ी वड्डी कॉन्फ्रेंस होई, शायद सरी दे इतिहास दे विच इहदे नाल दी कदे वड्डी कॉन्फ्रेंस नहीं होई, जिहदे विच कनेडा तों, अमरीका तों, इंग्लैंड तों, भारत तों विद्वानां नूं यूनिवर्सिटियां नूं बुलाया गया, ते साडे कोल तकरीबन मैं शायद इस सदी दा कोई इहो जिहा विद्वान नहीं होएगा जिहदे इंटरव्यू ना कीती होवे, बहि के गल्लां बातां ना कीतियां होण, लैक्चर दे के तुर जांदे ने, ते कई राजनीतिक लोग मिनिस्टर आउंदे ने जदों इंटरव्यू करी ली है बड़ियां बड़कां मारदे ने, उच्ची उच्ची बोलदे ने, पर जदों जांदे है फिर सारा कुछ भुल जांदे है। मेरा सवाल होर पत्रकारां नालों अलग है, जदों दोबारा इंटरव्यू नहीं आउंदा ते मैं उहनूं पुछदा कि 3 साल पहला तुहाडे नाल गलबात होई सी, तुसीं वादा करके गए सी, की कीता है? साडे वास दी गल नहीं, मैं कहा फिर क्यों कह के गया? मित्तल सैन मीत ते होर यूनिवर्सिटियां दे प्रोफेसरां नाल एक नहीं होर सूबियां दे विच वी असीं कॉन्फ्रेंसां कीतियां, कैलगरी दे विच, एडमिंटन दे विच ते विनीपेग दे विच, बड़ियां सफलतापूर्वक रहियां। एक महीना असीं इन्हां नूं अपने भरा समझ के झोली च बिठा के चंगीआं गड्डियां दे विच सैर करवाई, उत्थे दे कुदरती नजारे दिखाए, मित्तल सैन मीत जी जान लगे ते एयरपोर्ट दे उत्ते मैं इन्हां कोल बह गया, मैं कहा मीत जी ਤੁਸੀਂ ਪਹਿਲੇ ਪ੍ਰਾਹੁਣੇ ਨਹੀਂ ਸਾਡੇ, ਦਰਜਨਾਂ ਦੇ ਸੈਂਕੜੇ ਪ੍ਰਾਹੁਣੇ ਅਸੀਂ ਇਸੇ ਤਰ੍ਹਾਂ ਏਅਰਪੋਰਟ ਤੇ ਚੜਾਉਣ ਆਉਂਦੇ ਹਾਂ, ਜਦੋਂ ਤੁਸੀਂ ਏਅਰਪੋਰਟ ਦੇ ਵੈਨਕੂਵਰ ਦੇ ਹਵਾਈ ਅੱਡੇ ਚ ਆਏ ਉੱਤੇ ਲਿਖਿਆ ਸੀ ਜੀ ਆਇਆਂ ਨੂੰ ਤੁਹਾਡਾ ਸਵਾਗਤ ਹੈ, ਮੈਂ ਕਿਹਾ ਸਾਡੇ ਭਾਰਤ ਦੇ ਕਿਸੇ ਹਵਾਈ ਅੱਡੇ ਤੇ ਪੰਜਾਬੀ ਚ ਲਿਖਿਆ ਕਿ ਤੁਹਾਡਾ ਸਵਾਗਤ ਹੈ? ਕਹਿੰਦੇ ਨਹੀਂ। ਮੈਂ ਕਿਹਾ ਬੈਂਕਾਂ ਦੇ ਵਿੱਚ ਜਾਓ, ਲਿਖਿਆ ਤੇ ਪੰਜਾਬੀ ਚ ਗੱਲਬਾਤ ਹੁੰਦੀ ਹੈ, ਹਸਪਤਾਲ ਦੇ ਵਿੱਚ ਜਾਓ ਇੱਥੇ ਲਿਖਿਆ ਕਿਤੇ ਪਰਚੀਆਂ ਕੱਟੀਆਂ ਜਾਂਦੀਆਂ ਨੇ, ਪੰਜਾਬ ਚ ਕਿਉਂ ਨਹੀਂ? ਮੈਂ ਕਿਹਾ ਕਿਤੇ ਨਾ ਹੋਵੇ ਮਹੀਨਾ ਭਰ ਸਾਡੇ ਨਾਲ ਸੈਰ ਕਰਕੇ ਤੁਸੀਂ ਵੀ ਰਾਜਨੀਤਿਕ ਤਰ੍ਹਾਂ ਪਰਚੀਆਂ ਇੱਥੇ ਭੁੱਲ ਜਾਓ ਜਾਂ ਦਿੱਲੀ ਦੇ ਹਵਾਈ ਅੱਡੇ ਤੇ ਸੁੱਟ ਕੇ ਤੇ ਵਾਪਸ ਤੁਰ ਜਾਓ। ਕਹਿੰਦੇ ਕੁਲਦੀਪ ਸਿੰਘ ਜੀ ਤੁਹਾਡੇ ਨਾਲ ਵਾਅਦਾ ਕਿ ਅਸੀਂ ਇਹਦੇ ਉੱਤੇ ਅਮਲ ਕਰਾਂਗੇ,
आउंदिया इन्होंने एक हफ्ते दे विच विच बकायदा काम करना शुरू किया। गरेवाल साहब ही बैठे ने, वैबसाइट तैयार की, इकाइयां बनानिया शुरू कीतियां। इस वेले पंजाब हरियाणा ते राजस्थान दे विच 27 इकाइयां 13 मुल्कां दे विच पंजाबी भाषा पसार भाईचारा काम कर रहे हैं। कला नाल कड़ा बनाउणा नहीं आउंदा, अमली रूप दे विच पंजाबी मां बोली लई काम कर रहे हैं। जदों पंजाबी भाषा पसार भाईचारे दीआं इकाइयां बन लगियां, लखा सिधाणा वर्गे नौजवान इस इकाई दे विच शामिल होए। तुसीं बहुतियां ने वीडियो देखियां होईयां ने कि जदों इस तों पहला जिहड़ी सरकार सी जिन्हां ने गुटका चुक के सौ खाधे सी कि असीं तुहाडे लई करांगे, पंजाबी मां बोली खत्म कर दित्ती। पंजाब दे विच जिहड़े बोर्ड ने अंग्रेजी उत्ते ते मासी नूं विचाले ते मां नूं थले रखिया गया। आ नौजवान सी जिहड़े नौजवान ने अपनी टीम नूं लै के बठिंडे तों लै के चंडीगढ़ तक कूचा फेर दित्ता, कूची फेर दित्ती कि जे तुसीं साडी मां दा ध्यान नहीं रखोगे फिर साडे तुसीं कुछ नहीं लगदे। दुनिया भर दे विच गल बन गई कि नहीं, पंजाब दे विच हुण पंजाबी जिउंदी हो जाएगी। लीगल टीम, कानूनी टीम है पंजाबी भाषा पसार भाईचारे दी, एडवोकेट मित्र सिंह मीत, एडवोकेट एच सी अरोड़ा ते लुधियाने तों होर वकील ने, तीन वकील ने जिहड़े लगातार कानूनी तौर ते सरकारां नूं नोटिस भेज के पंजाब दे विच कोई भी बच्चा जिन्ना चिर पंजाबी कंपलसरी दे नाल पंजाबी नहीं करता ते मेरा ख्याल है उन्हें दसवीं का सर्टिफिकेट वो नहीं मिल सकेगा। उदा कारण की है, उदा कारण यही है कि अमली रूप दे विच काम कीता है। दूजी गदर लहर का पिघल श्रोमणी गुरुद्वारा प्रबंधक कमेटी बाद चो चाहती है, पहला गदर लहर है जी वो साढ़े वैनकूवर की धरती तो शुरू होती है। उस गदर लहर ने भारतीय आजादी के लिए बड़ा बड़ा योगदान पाया है। उस गदर लहर ने श्रोमणी गुरुद्वारा प्रबंधक कमेटी भी काम किया। एक गदर लहर, दूजी गदर लहर जदों साढ़े को ए टीम आई तो इन्हां तों वादा रहा कि असीं तुहाडे नाल काम करांगे। ये किताब घर घर मिया सबना जिया बोली अलग तुम्हारी, साडी वैबसाइट भी है पंजाबी BPB पंजाबी भाषा पसार .in/.org ओदे च हर तरह का मां बोली का कानून मैं सलूट करता, मेरा सिर झुकता है। उस वेले दे मुख्यमंत्री उन्होंने पंजाबी राज भाषा एक्ट 1967 बनाया, लक्ष्मण सिंह जी, बिल्कुल जी, मैं स्पीक करते माफी चाहना कि 1967 तो लेके हुण तक जे भारत के होर सूबियां दे विच साउथ दे विच अपनी मां बोली नूं प्रमोट किया जा रहा है, होर कोई साइन नहीं, अदालतां दे विच उन्हां दी भाषा दे विच काम हो रहा है, पंजाबी मां बोली नाल गदारी करने वाली सरकारां कौन ने? साडी की ड्यूटी बनी है कि असीं कदे किसे नूं पुछे है? पर हां, मैं दावे नाल कह सकदा कि जदों राजनीतिक लोग आउंदे ने मेरा पहला सवाल हुंदा है कि मां बोली लई तुसीं की कीता है। आ जिन्ने भी तुसीं विद्वान बैठे हो, पत्रकार बैठे हो, प्रोफेसर बैठे हो, डॉक्टर बैठे हो, तुहाडे चंगा सूट पाया होवे, कोई तुहाडे चो चाहेगा तुहाडी मां या सरकार दे उत्ते रुलदी फिरे? मैनूं एक भी बंदा हाथ खड़ा करके दिखा दे कि हां मैं मंजूर करदा कि मेरी मां सरकार दे उत्ते रोए। इसे करके पंजाबी भाषा पसार भाईचारा रस्मी तौर ते नहीं, अमली तौर ते असीं काम करना चाहुंदे आ। जे परिवार दे विच हर थां दे विच तुसीं पंजाबी बोलोगे, परिवार ने हौले हौले ये भाषा सरकार की बनेगी, ये भाषा व्यापार की बनेगी, ता ही बनेगी जे तुसीं अपनी मां उप्पर वक्री ला के प्यार करोगे। हरेक व्यक्ति जिहड़ा तुहाडे नाल दूजी भाषा च गल कर रहा है, मैं स्पैनिश बड़ी वधिया बोल सकदा,
मैं हिंदी बोल सकता, मैं अंग्रेजी बोल सकता, पंजाबी बोल सकता, उर्दू बोल सकता, पर जिथे मुल्कां दे विच असीं रह रहे हां जे स्पैनिश लोग कत्थे मिलदे ने ओह स्पैनिश गल करदे ने, इंग्लिश विच गल नहीं करदे। जे चाइनीज कत्थे हुंदे ने ते ओह चाइनीज दे विच गलबात करदे ने। साडे जदों पंजाबी कत्थे हुंदे आ उत्थे ओह यतन करदे आ कि असीं अंग्रेजी दे विच गलबात करीए। मैं माफी चाहांगा, मेरे अपने बिजनेस कार्ड ने ओह पंजाबी दे विच बने होए ने, बकायदा साडे घरां दे विच बाहरले पासे कलियां जिहड़ियां पंजाबी च करवातियां। क्यों करवातियां? क्योंकि सानूं अपनी मां नाल प्यार है, ओह साडी मां है। असीं कदे वी, मैं फिर उस वेले वादा कीता सी सरदार करपाल सिंह नाल सी कि असीं अपनी मां नूं कदे मर्दा और सिस्टियां नाल नहीं देखदे, असीं जीवन बतीत नहीं करांगे, इहनूं चढ़दी कला च लैके जावांगे। जिन्ना चिर तुसीं प्यार करन वाले पंजाबी मां बोली नूं, पुत्र ते पुत्रियां बैठे हो, बच्चे ते बच्चियां बैठे हो, फिर मां किवें बीमार हो सकती है? मां बीमार नहीं होएगी, जिन्ना चिर तुसीं तंदुरुस्त है पंजाबी मां बोली चढ़दी कला च रहेगी। सारे हाजिर साथियों नूं वाहिगुरु जी का खालसा वाहिगुरु जी की फतेह। सिर्फ मैं दो एक दो पॉइंट है गुरका सिद्धांता जी हाजिर ने, मैं दो तीन साल तो मेरे अंदर जो जुनून दबिया आम मीटिंग दे विच जाके मीत साहब नाल भी सहज सुभावां दे कोल जाके भी बोलदा रहा, वो यही है भी जिहड़ा सिद्धांता जी बोल के गए है कि टाइम हुण उह टाइम नहीं समागम करदा, हुण तां इत्थों जाके गुरों जाके फड़ के जिहड़े कानून अपने लिदरे जा रहे आ, दबे जा रहे आ, अपने पंजाबी नाल धक्का हो रहा, उन्हां लई उहदे युद्ध करदा संघर्ष करदा टाइम है। ਜਿਵੇਂ ਕਿਸਾਨੀ ਅੰਦੋਲਨ ਹੋਇਆ ਸੀ, ਇਵੇਂ ਹੀ ਪੰਜਾਬ ਦੇ ਵਿੱਚ ਹਰੇਕ ਜ਼ਿਲ੍ਹੇ ਹਰੇਕ ਭਾਸ਼ਾ ਅਫਸਰ ਨੂੰ ਲੈ ਕੇ ਨਾਲ, ਜੇ ਭਾਸ਼ਾ ਅਫਸਰ ਡਰਦਾ ਵੀ ਮੈਂ ਇੱਕ ਸਰਕਾਰੀ ਮੁਲਾਜ਼ਮ ਹਾਂ ਮੈਂ ਕਹਿ ਨਹੀਂ ਸਕਦਾ, ਮੈਂ ਉਹਨਾਂ ਨੂੰ ਸੰਗਰੂਰ ਦੀ ਇਕਾਈ ਦੇ ਵਿੱਚ ਰਣਜੋਤ ਸਿੰਘ ਭਾਸ਼ਾ ਅਫਸਰ ਆਏ ਸੀ ਉੱਥੇ ਕੁਛ ਮੈਨੂੰ ਟਾਈਮ ਨਹੀਂ ਦਿੱਤਾ, ਲੇਕਿਨ ਮੈਂ ਉਹਨਾਂ ਨਾਲ ਪਰਸਨਲ ਗੱਲ ਕਰੀ। ਮੈਂ ਕਿਹਾ ਜਿਵੇਂ ਪੁਲਿਸ ਡਿਪਾਰਟਮੈਂਟ ਆ ਉਹ ਜਾਕੇ ਅਸੀਂ ਗੱਲ ਕਰਦੇ ਹਾਂ ਵੀ ਉਹ ਉਲਟਾ ਦੁਖਾਉਂਦੇ ਆ, ਮੈਂ ਕਿਹਾ ਤੁਹਾਨੂੰ ਉੱਥੇ ਨਹੀਂ ਤੁਹਾਨੂੰ ਸਾਨੂੰ ਮੂਹਰੇ ਕਹੂੰਗੇ। ਮੁਫਤ ਸਾਹਿਬ ਉਚੇਚਾ ਤੌਰ ਤੇ ਮਾਨਸਾ ਇਕਾਈ ਵੱਲੋਂ ਸਾਡੇ ਵਿੱਚ ਹਾਜ਼ਰ ਨੇ, ਉਹ ਆਪਣੀ ਇੱਕ ਰਚਨਾ ਸਾਂਝੀ ਕਰਨਗੇ। ਬੇਸਿਕਲੀ ਤਾਂ ਮੈਂ ਇਸ ਸੂਬਾ ਪ੍ਰਧਾਨ ਮੁਸਲਿਮ ਪੰਥ ਪੰਜਾਬ ਵੱਲੋਂ ਕੰਮ ਕਰ ਰਿਹਾ ਤੇ ਨਾਲ ਦੀ ਨਾਲ ਮਾਨਸਾ ਇਕਾਈ ਦੇ ਵਿੱਚ ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰੇ ਵੱਲੋਂ ਕੰਮ ਕਰ ਰਿਹਾ। ਪੰਜਾਬੀ ਭਾਸ਼ਾ ਮੈਂ ਦੱਸਣਾ ਚਾਹੁੰਦਾ ਕਿ ਇੱਕ ਰੁਜ਼ਗਾਰ ਦੀ ਭਾਸ਼ਾ ਸਥਾਪਿਤ ਹੋਈ ਹੈ। ਅਗਰ ਪੰਜਾਬੀ ਭਾਸ਼ਾ ਇੱਥੇ ਨਾ ਹੁੰਦੀ, ਸਾਡੀ ਐਜੂਕੇਸ਼ਨ ਨਾ ਹੁੰਦੀ, ਤਾਂ ਉਹਦੇ ਵਿੱਚ 20 ਸਤੰਬਰ 2022 ਨੂੰ ਕੈਪਟਨ ਅਮਰਿੰਦਰ ਸਿੰਘ ਨੇ ਮਜ਼ਬੂਰਨ, ਕਿਉਂਕਿ ਜਦੋਂ ਇੱਕ ਇਹ ਮੁੱਦਾ ਅਸੀਂ ਲੋਕਾਂ ਦੇ ਵਿੱਚ ਲੈ ਕੇ ਗਏ, ਸਿਆਸੀ ਪਾਰਟੀਆਂ ਦੇ ਵਿੱਚ ਲੈ ਕੇ ਗਏ, ਸਾਡੀਆਂ ਸਹਿਤ ਸਭਾਵਾਂ ਨਾਲ ਅਸੀਂ ਗੱਲਬਾਤ ਕੀਤੀ, ਤਾਂ ਉਹ ਸਾਰਾ ਜਿਹੜਾ ਉਹਨਾਂ ਨੇ ਵਾਪਸ ਲਿਆ। ਵਾਪਸ ਲੈਣ ਤੋਂ ਬਾਅਦ ਸਾਡੇ ਜਿਹੜੇ ਪੰਜਾਬ ਦੇ ਨੌਜਵਾਨ ਸੀ, ਚਾਹੇ ਮੁਸਲਿਮ ਸੀ ਜਾਂ ਗੈਰ ਮੁਸਲਿਮ ਸੀ, ਉਹ ਸਾਰੇ ਇੱਥੇ ਭਰਤੀ ਹੋਏ। ਇਹ ਬਹੁਤ ਵੱਡੀ ਗੱਲ ਹੈ। ਮੈਂ ਰਹੀ ਹਾਂ ਸਰਦਾਰਜੀਤ ਸਿੰਘ ਜੀ ਹੋਰਾਂ ਦਾ, ਸੋ ਮੈਂ ਆਪਣੀ ਇੱਕ ਕਵਿਤਾ ਜੋ ਪੇਸ਼ ਕਰਾਂ ਤੁਹਾਡੇ ਨਾਲ। ਜਮੂਰਾਂ ਨਾਲ ਨੋਚੇ ਜਾਂਦੇ ਮਾਸ ਦੀ ਤਰ੍ਹਾਂ, ਜਮੂਰਾਂ ਨਾਲ ਨੋਚੇ ਜਾਂਦੇ ਮਾਸ ਦੀ ਤਰ੍ਹਾਂ, ਸ਼ਬਦ ਦਰ ਸ਼ਬਦ ਨੋਚਿਆ ਜਾ ਰਿਹਾ ਹੈ, ਪੰਜਾਬ ਦੀ ਭੂਮੀ ਵਾਂਗ ਬੇਪਤ ਕੀਤਾ ਜਾ ਰਿਹਾ। ਜਮੂਰਾਂ ਨਾਲ ਨੋਚੇ ਜਾਂਦੇ ਮਾਸ ਦੀ ਤਰ੍ਹਾਂ, ਸ਼ਬਦ ਦਰ ਸ਼ਬਦ ਨੋਚਿਆ ਜਾ ਰਿਹਾ ਹੈ, ਪੰਜਾਬ ਦੀ ਭੂਮੀ ਵਾਂਗ ਬੇਪਤ ਕੀਤਾ ਜਾ ਰਿਹਾ ਹੈ, ਅੰਗ ਅੰਗ ਮਾਂ ਬੋਲੀ ਦਾ, ਅੰਗ ਅੰਗ ਮਾਂ ਬੋਲੀ ਦਾ। ਖੇਤ ਖੜੇ ਗਰਨੇ ਵਾਂਗ, ਖੇਤ ਖੜੇ ਗਰਨੇ ਵਾਂਗ, ਲੱਗਦਾ ਕਿਸੇ ਦਿਨ ਤੇਰੇ ਵਜ਼ੂਦ ਦਾ ਭੁਲੇਖਾ ਹੀ ਭਰੇਗਾ, ਲੱਗਦਾ ਤੇਰੇ ਵਜ਼ੂਦ ਦਾ ਭੁਲੇਖਾ ਹੀ ਭਰੇਗਾ, ਸ਼ਬਦ ਕੋਸ਼ ਵਿਚਾਰੇ ਬੇਜਾਨ ਹੋ ਜਾਣਗੇ, ਸ਼ਬਦ ਕੋਸ਼ ਵਿਚਾਰੇ ਬੇਜਾਨ ਹੋ ਜਾਣਗੇ, ਲੱਗਦਾ ਸ਼ੀਸ਼ੇ ਜਿਹੜੀ ਕਬਰ ਵਾਂਗ, ਲੱਗਦਾ ਸ਼ੀਸ਼ੇ ਜਿਹੜੀ ਕਬਰ ਵਾਂਗ, ਲੱਗਦਾ ਸ਼ੀਸ਼ੇ ਜਿਹੜੀ ਕਬਰ ਵਾਂਗ, ਦਾਸਤਾਨ ਬਣ ਜਾਣਗੇ, ਭੁੱਲ ਜਾਵੇਗੀ ਪੰਜਾਬੀ ਪੀੜ੍ਹੀ, ਭੁੱਲ ਜਾਵੇਗੀ ਪੰਜਾਬੀ ਪੀੜ੍ਹੀ, ਸ਼ਾਬਦਿਕ ਸਰਮਾਏ ਨੂੰ ਬਿਸਤਰ ਜਾਏਗਾ ਸੱਭਿਆਚਾਰ ਦੇ, ਬਿਸਤਰ ਜਾਏਗਾ
सभ्याचार भी डाके बज रहे हैं भाषा से मां बोली से पंजाब के पानिया वाल डाके बज रहे हैं भाषा से मां बोली से पंजाब के पानिया वाल तड़प की लाश वांग तड़फेगी मां बोली दे तड़फ की लाश वांग तड़फ की मां बोली दे निरादर तो बेपरवाह ने निरादर तो बेपरवाह ने सुतियां जगीर के लोग पर बेइंसाफी ते तड़फ दिया ने जागदिया जगीर पर बेइंसाफी ते जागदिया जगीर बेइंसाफी बगावत को जन्म दिंदी है बेइंसाफी बगावत को जन्म दिंदी है जुल्म बगावत को दबाउंदा है जुल्म बगावत को दबाउंदा है बगावत दी कुखों मां बोली इनकलाब जन्माएगी बगावत की कुखों मां बोली इनकलाब जन्माएगी सभ्याचार की राणी मां बोली का दर खड़काएगी सभ्याचार की राणी मां बोली का दर खड़काएगी लिखे जाएंगे भाषा की आजादी के माने लिखे जाएंगे भाषा की आजादी के माने मां बोली के शब्द पुत्र नचेंगे भाषा के बेड़े मां बोली के शब्द पुत्र नचेंगे भाषा के बेड़े लभ गई गुआची मां बाण लभ गई गुआची मां बाण गुआची मां बोली मुफर जियाया कहेगा लभ गई गुआची मां बाण गुआची मां बोली मुफर जियाया कहेगा जो जाएंगे दृश्य दे लो तुसी सारे हो जो जाएंगे दृश्य दे लो मां बोली जिंदाबाद फिर नारा लाएगा मां बोली जिंदाबाद फिर नारा लाएगा मां बोली जिंदाबाद मैं सदा दे रहा सरदार जसवंत सिंह जी नूं कि वो अपनी एक रचना साडे नाल जरूर सांझी कर पंजाबी दे मशहूर कवि नज़मी जी बाबा नज़मी जी उन्हां दी रचनावां पेश करांगा अखरां विच समुंदर रखां मैं इकबाल पंजाबी दा ਸਿੱਖਣਾ ਦੇ ਵਿੱਚ ਰੱਖ ਦਿੱਤਾ ਏ ਦੀਵਾ ਵਾਲ ਪੰਜਾਬੀ ਲੋਕੀ ਲੋਕੀ ਮੱਗ ਮਗਾ ਕੇ ਆਪਣਾ ਹੋਰ ਬਣਾ ਕੇ ਬਹਿ ਗਏ ਨੇ ਅਸਾਂ ਤਾਂ ਮਿੱਟੀ ਕਰ ਦਿੱਤਾ ਏ ਸੋਹਣਾ ਗਾਲ ਪੰਜਾਬੀ ਦਾ ਜਿਹੜੇ ਆਖਣ ਵਿੱਚ ਪੰਜਾਬੀ ਹੁਸਤ ਨਹੀਂ ਤਹਿਜ਼ੀਬ ਨਹੀਂ ਪੜ੍ਹ ਕੇ ਵੇਖਣ ਵਾਰਸ ਬੁੱਲਾ ਬਾਹੂ ਲਾ ਪੰਜਾਬੀ ਦਾ ਪੜ੍ਹ ਕੇ ਵੇਖਣ ਵਾਰਸ ਬੁੱਲਾ ਬਾਹੂ ਲਾ ਪੰਜਾਬੀ ਦਾ ਦੋ ਸ਼ੇਰ ਹੋਰ ਨੇ ਇੱਕ ਵਾਜ਼ਾ ਫਰੀਦ ਮੁਹੰਮਦ ਵਾਰਸ ਨਾਨਕ ਬੁੱਲਾ ਬਾਹੂ ਲਾਲ ਇਹ ਪੰਜਾਬੀ ਉੱਚੇ ਸੁੱਚੇ ਇਹ ਸਰਦਾਰ ਪੰਜਾਬੀ ਨੇ ਆਪਣੀ ਬੋਲੀ ਬੋਲਣ ਵੇਲੇ ਜਿਨ੍ਹਾਂ ਦਾ ਸਾ ਘੁੱਟਦਾ ਏ ਬਾਬਾ ਨਜ਼ਮੀ ਦੇ ਦੇ ਫਤਵਾ ਉਹ ਗੱਦਾਰ ਪੰਜਾਬੀ ਨੇ ਬਾਬਾ ਨਜ਼ਮੀ ਦੇ ਦੇ ਫਤਵਾ ਉਹ ਗੱਦਾਰ ਪੰਜਾਬੀ ਨੇ ਧੰਨਵਾਦ ਹਰ ਮਿੱਟੀ ਦੀ ਆਪਣੀ ਖਸਲਤ ਹਰ ਮਿੱਟੀ ਕੁਪੀਆਂ ਨਹੀਂ ਤੋਰਦੀ ਹਰ ਫੱਟੜ ਮਾਥਾ ਨਹੀਂ ਚੁੱਕਦਾ ਹਰ ਛਲ ਬੰਨਾਇਆ ਨਹੀਂ ਰੁਕਦੀ ਹਰ ਫੱਟੜ ਮੱਥਾ ਨਹੀਂ ਚੁੱਕਦਾ ਹਰ ਛਲ ਬੰਨਾਇਆ ਨਹੀਂ ਰੁਕਦੀ ਹਰ ਛਲ ਬੰਨਾਇਆ ਨਹੀਂ ਰੁਕਦੀ ਹਰ ਛਲ ਬੰਨਾਇਆ ਨਹੀਂ ਰੁਕਦੀ
होया ओ मां छड़ दे मैं पंजाबी कुकड़ी है मैं पंजाबी जे कुकड़ी है जिथे खला खलौता होया ओ था छड़ दे मैनू इंज लगता है लोग आते ने तू पुत्रा अपनी मां छड़ दे तू पुत्रा अपनी मां छड़ दे सरकार नूं मजबूर होना पिया।